ਸਾਰਾ ਪੰਜਾਬ ਦੀ ਅੱਜ ਇੱਕ ਲੁਧਿਆਣਾ ਸਰਕਟ ਹਾਊਸ ਵਿੱਚ ਮੀਟਿੰਗ ਹੋਈ ਜਿਹਦੇ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਸ਼ਿਵ ਸੈਨਿਕਾਂ ਨੇ ਭਾਗ ਲਿੱਤਾ ਮੀਟਿੰਗ ਨੂੰ ਉਸ ਟਾਈਮ ਬਲ ਮਿਲਿਆ ਜਦੋਂ ਪਰਮਿੰਦਰ ਸਿੰਘ ਜੀ ਸਾਡੇ ਸ਼ਿਵ ਸੈਨਾ ਚ ਪੱਪੂ ਜੀ ਸ਼ਾਮਲ ਹੋਏ ਇਹ ਆਪਣੇ ਨਾਲ ਸੈਂਕੜੇ ਸ਼ਿਵ ਸੈਨਿਕਾਂ ਨੂੰ ਨਾਲ ਲਿਆਂਦਾ ਬੜੀ ਦੇਰ ਤੋਂ ਇਹ ਰਾਜਨੀਤਿਕ ਚ ਕੰਮ ਕਰ ਰਹੇ ਸੀ ਸਮਾਜ ਸੇਵਾ ਕਰ ਰਹੇ ਸੀ ਇਹਨਾਂ ਨੇ ਹਰ ਧਰਮ ਦੇ ਲੋਕਾਂ ਨੂੰ ਆਪਣੇ ਨਾਲ ਜੋੜਿਆ ਹੋਇਆ ਸੀ ਅੱਜ ਸ਼ਿਵ ਸੈਨਾ ਨੂੰ ਬੜੀ ਖੁਸ਼ੀ ਹੈ ਕਿ ਪਰਮਿੰਦਰ ਸਿੰਘ ਪੱਪੂ ਜੀ ਸ਼ਿਵ ਸੈਨਾ ਚ ਆਏ ਨੇ ਉਹਦੇ ਨਾਲ ਸਾਡੀ ਸ਼ਿਵ ਸੈਨਾ ਨੂੰ ਹੋਰ ਸ਼ਕਤੀ ਮਿਲੀ ਇਹਨਾਂ ਤੋਂ ਇਲਾਵਾ ਅਸੀਂ ਸ਼ਿਵ ਸੈਨਾ ਦੀਆਂ ਕੁਝ ਨਿਯੁਕਤੀਆਂ ਵੀ ਕੀਤੀਆਂ ਯੂਥ ਨੇਤਾਵਾਂ ਨੂੰ ਸ਼ਾਮਲ ਕੀਤਾ ਅੱਜ ਪੰਜਾਬ ਦੇ ਵਿੱਚ ਹਾਲਾਤ ਨੇ ਵੀ ਸਾਰੇ ਹਿੰਦੂ ਨੂੰ ਇੱਕ ਮੰਚ ਤੇ ਇਕੱਠਾ ਹੋਣਾ ਚਾਹੀਦਾ ਹੈ ਤਾਂ ਕਿ ਪੰਜਾਬ ਦੇ ਵਿੱਚ ਜੋ ਬੀਤੇ ਦਿਨੀ ਭੁੱਲਰ ਦੀ ਫਾਂਸੀ ਹੋਈ ਸੀ ਉਸ ਸੰਬੰਧ ਵਿੱਚ ਕੁਝ ਗਰਮ ਖਿਲਾਫੀ ਲੋਕ ਕੱਲ ਨੂੰ ਪੰਜਾਬ ਬੰਦ ਦੀ ਕਾਲ ਦੇ ਰਹੇ ਨੇ ਸ਼ਿਵ ਸੈਨਾ ਕਦੀ ਬਰਦਾਸ਼ਤ ਨਹੀਂ ਕਰੇਗੀ ਕਿਉਂਕਿ ਸ਼ਿਵ ਸੈਨਾ ਅਦਾਲਤ ਦਾ ਸਨਮਾਨ ਕਰਦੀ ਹੈ ਜੋ ਮਾਣਯੋਗ ਅਦਾਲਤ ਨੇ ਫੈਸਲਾ ਕੀਤਾ ਹੈ ਫਾਂਸੀ ਦਾ ਚਾਹੇ ਉਹ ਸਿੱਖਾਂ ਦੇ ਕਾਤਲ ਨੇ ਚਾਹੇ ਉਹ ਹਿੰਦੂਆਂ ਦੇ ਕਾਤਲ ਨੇ ਚਾਹੇ ਉਹ ਟ੍ਰੈਕਟਰਾਂ ਨੇ ਚਾਹੇ ਉਹ ਰਾਜੂਆਣਾ ਹੈ ਚਾਹੇ ਭੁੱਲਰ ਹੈ ਇਹਨਾਂ ਨੂੰ ਫਾਂਸੀ ਹੋਣੀ ਚਾਹੀਦੀ ਹੈ ਇਹਨਾਂ ਦੇ ਵਿੱਚ ਕੋਈ ਵੀ ਰਿਕਾਰਡ ਬਣਦਾ ਉਹ ਦੇਸ਼ ਦਾ ਦੁਸ਼ਮਣ ਹੈ ਸ਼ਿਵ ਸੈਨਾ ਦੇਸ਼ ਪ੍ਰਤੀ ਪਹਿਲਾਂ ਵੀ ਕੰਮ ਕਰਦੀ ਰਹੀ ਹੈ ਅੱਗੇ ਨੂੰ ਵੀ ਕਰਦੀ ਰਹੇਗੀ ਅਤੇ ਜਿਹੜੀਆਂ ਅੱਤਵਾਦ ਪੱਖਵਾਦ ਪਾਰਟੀਆਂ ਉਹਨਾਂ ਦਾ ਮੁਕਾਬਲਾ ਡਟ ਕੇ ਕਰੇਗੀ ਅੱਜ ਤੁਹਾਡੀ ਮੀਟਿੰਗ ਹੋਈ ਸੀ ਕਿਸ ਬਾਰੇ ਹੋਈ ਸੀ ਕੀ ਸੀਗਾ ਉਹਦੇ ਵਿੱਚ ਮੀਟਿੰਗ ਦੇ ਵਿੱਚ ਇੱਕ ਤਾਂ ਅਸੀਂ ਪੰਜਾਬ ਯੂਨਿਟ ਨੂੰ ਬੁਲਾਇਆ ਸੀ ਪੰਜਾਬ ਦੀਆਂ ਜੋ ਸਮੱਸਿਆਵਾਂ ਪੰਜਾਬ ਦੇ ਵਿੱਚ ਜੋ ਹਾਲਾਤ ਬਣ ਰਹੇ ਨੇ ਦਿਨ ਪ੍ਰਤੀ ਦਿਨ ਹਾਲਾਤ ਵਿਗੜ ਰਹੇ ਨੇ ਅਸੀਂ ਸੰਗਠਿਤ ਕਰਨ ਵਾਸਤੇ ਦੂਸਰਾ ਜਿਹੜਾ ਮੁੱਖ ਮੁੱਦਾ ਸੀ ਵੀ ਅੱਜ ਸਾਡੇ ਪੱਪੂ ਜੀ ਜਿਹੜੇ 500 ਸ਼ਿਵ ਸੈਨਿਕਾਂ ਨੂੰ ਨਾਲ ਲੈ ਕੇ ਆਏ ਨੇ ਅਸੀਂ ਇਹਨਾਂ ਦਾ ਸਵਾਗਤ ਕੀਤਾ ਇਹਨਾਂ ਦੀ ਤਾਜਪੋਸ਼ੀ ਪੂਰੇ ਪੰਜਾਬ ਤੋਂ ਅਸੀਂ ਸ਼ਿਵ ਸੈਨਾ ਅੱਜ ਪੂਰੇ ਪੰਜਾਬ ਤੋਂ ਅੰਮ੍ਰਿਤਸਰ ਤੋਂ ਸਾਡੇ ਬਲਦੇਵ ਭਾਰਤਵਾਜ ਜੀ ਪਠਾਨਕੋਟ ਤੋਂ ਰਵੀ ਸ਼ਰਮਾ ਜੀ ਰੋਪੜ ਤੋਂ ਅਸ਼ਨੀ ਸ਼ਰਮਾ ਜੀ ਕਪੂਰਥਲੇ ਤੋਂ ਰਜੇਸ਼ ਪਰਟਾ ਜੀ ਮੋਗੇ ਤੋਂ ਅਤੇ ਸੰਜੀਵ ਸ਼ਰਮਾ ਜੀ ਸਾਡੇ ਪਠਾਨਕੋਟ ਯੂਥ ਪ੍ਰਧਾਨ ਸਾਰੇ ਜਿੰਨੇ ਵੀ ਪੰਜਾਬ ਦੇ ਜ਼ਿਲ੍ਹੇ ਨੇ ਉਹਨਾਂ ਦੇ ਮੇਨ ਮੇਨ ਨੇਤਾ ਇੱਥੇ ਇਕੱਠੇ ਹੋਏ ਸਨ